ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸੋ ਤੁਹਾਡਾ ਸਾਰਿਆਂ ਦਾ ਮੱਘਰ ਭੋਲੀ ਬਲੌਗ 'ਚ ਇੱਕ ਵਾਰੀ ਫਿਰ ਬਹੁਤ ਬਹੁਤ ਸਵਾਗਤ ਹੈ। ਜਿਨ੍ਹਾਂ ਨੇ ਤਾਂ ਪਿਛਲੀ ਵੀਡੀਓ ਦੇਖੀ ਉਹਨਾਂ ਨੂੰ ਤਾਂ ਪਤਾ ਸੀ ਕਿੱਥੇ ਹਾਂ, ਜਿਨ੍ਹਾਂ ਨੇ ਨਹੀਂ ਦੇਖੀ ਤਾਂ ਅਸੀਂ ਉਹਨਾਂ ਨੂੰ ਦੱਸ ਦਈਏ ਕਿ ਅਸੀਂ ਹੈਗੇ ਐਟ ਏ ਟਾਈਮ ਅੰਮ੍ਰਿਤਸਰ 'ਚ। ਸੋ ਹੁਣ ਚੱਲੇ ਹਾਂ ਅਸੀਂ ਗੁਰਦੁਆਰੇ। ਸੋ ਤੁਹਾਨੂੰ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ, ਅਤੇ ਆਓ ਤੁਹਾਨੂੰ ਲੈ ਚੱਲੀਏ ਆਪਾਂ ਗੁਰਦੁਆਰੇ। ਹੁਣ ਇੱਥੋਂ ਗੁਰਦੁਆਰਾ ਹੈਗਾ ਵਾ ਤੁਰ ਕੇ 1.5 ਕਿਲੋਮੀਟਰ ਅਤੇ ਗੱਡੀ 'ਚ 2.5 ਕਿਲੋਮੀਟਰ। ਤੁਸੀਂ ਕਾਹਦੇ 'ਤੇ ਜਾਣਾ ਪਸੰਦ ਕਰੋਗੇ, ਤੁਰ ਕੇ ਜਾਂ ਗੱਡੀ 'ਚ? ਤੁਰ ਕੇ ਚੱਲਦੇ। ਤੁਰ ਕੇ ਚੱਲੀਏ। ਲੈਟਸ ਸੀ, ਡੈਡੀ ਇਜ਼ ਕਾਲਿੰਗ। ਹੈਲੋ, ਪਹੁੰਚ ਗਏ ਡੈਡੀ ਜੀ? ਪਹੁੰਚ ਗਏ, ਹੋ ਗਏ ਸਾਨੂੰ ਅੱਧਾ ਘੰਟਾ। ਡੈਡੀ ਵੀਡੀਓ ਬਣਾਉਣ ਲੱਗਿਆ ਵਿੱਚ, ਤੁਸੀਂ ਫੋਨ ਆ ਗਿਆ, ਤੁਹਾਡਾ ਸਫ਼ਰ ਸਾਡਾ ਵਧੀਆ ਰਿਹਾ। ਚੱਲ ਬੈਠੀ ਆ, ਤੈਨੂੰ ਕਰਦਾ ਰਾਤ ਨੂੰ ਫੋਨ ਅਸੀਂ। ਓਕੇ, ਬਾਏ ਬਾਏ। ਭੋਲੀ ਜੀ ਪੁੱਛ ਰਹੇ ਤੁਸੀਂ ਗੁੱਡ ਮਾਰਨਿੰਗ ਕਿਉਂ ਕਿਹਾ? ਮੈਂ ਗੁੱਡ ਮਾਰਨਿੰਗ ਇਸ ਲਈ ਕਿਹਾ ਬਿਕੋਜ਼ ਇਹ ਵੀਡੀਓ ਬੁੱਧਵਾਰ ਨੂੰ ਸਵੇਰੇ 7:30 ਵਜੇ ਅਪਲੋਡ ਹੋਊਗੀ। ਓਕੇ, ਸੋ ਸਾਰਿਆਂ ਦੇ ਉੱਤੇ ਗੁੱਡ ਮਾਰਨਿੰਗ ਹੀ ਹੋਊਗੀ ਆਪਣੀ। ਸੋ ਵੈਰੀ ਗੁੱਡ ਮਾਰਨਿੰਗ। ਸੋ ਵੈਰੀ ਗੁੱਡ ਮਾਰਨਿੰਗ। ਸੋ ਆਓ ਚੱਲੀਏ, ਆਪਾਂ ਨੂੰ ਚੱਲਦੇ ਆ। ਸੋ ਆਪਾਂ ਕੋ ਲੈ ਕੇ ਤਾਂ ਨਹੀਂ ਆ? ਰੁਮਾਲ ਲੈ ਲਓ ਆਪਣਾ। ਬਰਮਾਲ, ਯੈਸ। ਓਕੇ, ਸੋ ਵਾਓ, ਯੂ ਆਰ ਨਾਓ ਗੋਇੰਗ ਟੂ ਗੁਰਦੁਆਰਾ। ਮੋਸਟ ਇੰਪੋਰਟੈਂਟ, ਬਟੂਆ। ਬਟੂਆ ਤੋਂ ਹੈ। ਚਲੋ ਜੀ, ਹੁਣ ਤੁਹਾਨੂੰ ਨਾਲ ਗੁਰਦੁਆਰਾ ਲੈ ਕੇ ਚੱਲਦੇ ਆ। ਸਭ ਤੋਂ ਮੇਨ ਚੀਜ਼ ਭੁੱਲੀ ਗਏ ਸੀ, ਮਾਸਕ। ਇਹ ਤੋਂ ਬਿਨਾ ਤਾਂ ਚੌਂਕ ਨਹੀਂ ਟੱਪਣ ਦੇਣਾ ਇੱਥੇ ਕਿਸੇ ਨੇ। ਚਲੋ ਜੀ, ਚਲੋ ਜੀ, ਆਓ ਚੱਲੀਏ। ਇੱਕ ਚੀਜ਼ ਹੋਰ ਭੁੱਲ ਗਏ ਸੀਗੇ, ਦੀ ਸੈਨੀਟਾਈਜ਼ਰ, ਦੀ ਮੋਸਟ ਇੰਪੋਰਟੈਂਟ ਥਿੰਗ। ਬਾਹਰ ਆ ਕੇ ਚਾ ਚਾ ਚ ਗਲਤੀਆਂ ਕਰਨੀਆਂ ਪੂਰੀਆਂ ਤਿਆਰੀਆਂ ਸਾਡੀਆਂ, ਬਟ ਬੀ ਕੇਅਰਫੁਲ ਮੈਡਮ। ਯੈਸ, ਲੈਟਸ ਗੋ ਨਾਓ ਫਾਈਨਲੀ। ਯੂਜ ਟੂਥਪਿਕ ਟੂ ਯੂਜ ਕੀ ਕਹਿੰਦੇ ਹੁੰਦੇ ਇਹਨੂੰ, ਲਿਫਟ ਬਟਨ। ਬਟਨ, ਚਲੋ ਜੀ ਚੱਲਦੇ ਹਾਂ। ਯੇ ਵਾਓ ਵਾਓ, ਕਿਆ ਕਿਆ ਚੀਜ਼ੇ ਹੈਂ, ਅਰਜੈਂਟਾ ਸੈਂਟਰ ਲਓ ਜੀ, ਅਸੀਂ ਪਹੁੰਚ ਗਏ ਪਾਰਕਿੰਗ ਚ। ਜ਼ਿੰਦਗੀ ਚ ਪਹਿਲੀ ਵਾਰੀ, ਮਤਲਬ ਪਹਿਲੀ ਫਲੋਰ ਤੇ ਪਾਰਕਿੰਗ ਮਿਲੀ ਹੈ। ਨਹੀਂ, ਅੱਗੇ ਮਿਲਿਆ, ਜਿਹੜੀ ਸਭ ਤੋਂ ਉੱਪਰਲੀ ਟੌਪ ਫਲੋਰ ਹੁੰਦੇ ਆ ਉਹਦੇ ਪਾਰਕਿੰਗ ਮਿਲਦੀ ਹੁੰਦੀ ਆ। ਤੇ ਜਿਹਨਾਂ ਨੇ ਪਿਛਲੀ ਵੀਡੀਓ ਨਹੀਂ ਦੇਖੀ ਹੈਗੀ ਉਹਨਾਂ ਨੂੰ ਦੱਸ ਦਈਏ, ਅਸੀਂ ਜ਼ਿੰਦਗੀ ਚ ਮਤਲਬ ਪਹਿਲੀ ਵਾਰੀ ਦੋਨੀ ਵਿਆਹ ਤੋਂ ਬਾਅਦ ਇਕੱਠੇ ਹਰਿਮੰਦਰ ਸਾਹਿਬ ਆ ਰਹੇ ਹਾਂ। ਸੋ ਆਪਾਂ ਸ਼ੁਕਰਾਨਾ ਕਰਾਈਏ ਕਿ ਬਾਬਾ ਸ਼ੁਕਰਾ ਤੂੰ ਸਾਨੂੰ ਮਿਲਾਤਾ, ਸ਼ੁਕਰਾ ਮੈਨੂੰ ਇੰਨਾ ਵਧੀਆ ਘਰ ਵਾਲਾ ਦੇਤਾ ਤੇ ਮੈਨੂੰ ਇੰਨੀ ਚੰਗੀ ਘਰ ਵਾਲੀ। ਚੱਲ ਠੀਕ ਹੋ ਜੀ, ਚਲੋ ਜੀ ਤੁਹਾਨੂੰ ਲੈ ਕੇ ਚੱਲਦੇ ਹੁਣ ਅੰਦਰ। ਨਾ ਭਰਾ, ਨਹੀਂ ਵੀਰੇ, ਪਾਰਕਿੰਗ ਤੋਂ ਉਤਰਦੇ ਸਾਰ ਹੀ ਸੱਜੇ ਹੱਥ ਆਹ ਸਾਰਾ ਸ਼ੁਰੂ ਹੋ ਜਾਂਦਾ, ਮਹਾਰਾਜਾ ਰਣਜੀਤ ਸਿੰਘ ਜੀ ਦਾ ਬਣਾਇਆ ਹੋਇਆ ਇੱਥੇ। ਇਹ ਮੇਲਾ ਤਾਂ ਜਿਹੜੇ ਇੰਡੀਆ ਪਿਛਲੇ 10-12 ਸਾਲਾਂ ਤੋਂ ਨਹੀਂ ਆਏ ਉਹਨਾਂ ਨੂੰ ਸ਼ਾਇਦ ਨਹੀਂ ਦੇਖਿਆ ਹੋਣਾ, ਕਿਉਂਕਿ ਇਹ ਥੋੜ੍ਹਾ ਟਾਈਮ ਪਹਿਲਾਂ ਹੀ ਬਣਿਆ, 10-12 ਸਾਲ। ਮਾਸਕ ਬਹੁਤ ਘੱਟ ਲੋਕਾਂ ਨੇ ਲਾਇਆ ਹੈ ਤਾਂ ਥੋੜ੍ਹਾ ਡਰ ਲੱਗਣ ਲੱਗ ਗਿਆ, ਥੋੜ੍ਹੀ ਸਾਊਂਡ 'ਚ ਵੀ ਪ੍ਰੋਬਲਮ ਆਊਗੀ ਹੈ, ਕਿਉਂਕਿ ਮਾਸਕ ਕਰਕੇ ਬਾਜੀ ਸਾਡੀ ਬਾਹਰ ਆਉਂਦੀ ਘੱਟ ਆ। ਸੋ ਹਾਊ ਆਰ ਯੂ ਫੀਲਿੰਗ ਮੈਡਮ? ਵੈਰੀ ਗੁੱਡ, ਵੈਰੀ ਗੁੱਡ। ਸੋ ਲੱਗ ਤਾਂ ਵਧੀਆ ਰਿਹਾ, ਇੰਨੀ ਰੌਣਕ ਦੇਖ ਕੇ, ਇੰਨੀ ਰੌਣਕ ਦੇਖਣ ਨੂੰ ਬਹੁਤ ਟਾਈਮ ਹੋ ਗਿਆ ਸੀਗਾ। ਹੁਣ ਇੱਥੇ ਮੈਕਡੋਨਲਡ ਦੀ ਸਹੂਲਤ ਵੀ ਪੂਰੀ ਆ, ਬਟ ਇਹ ਵੈਜੀਟੇਰੀਅਨ ਮੈਕਡੋਨਲਡ ਆ, ਇੱਥੇ ਨੋਨ ਵੈਜ ਨਹੀਂ ਮਿਲਦਾ, ਓਬਵੀਅਸ ਆ ਕਿ ਮਿਲ ਵੀ ਨਹੀਂ ਸਕਦਾ, ਮਿਲਣਾ ਚਾਹੀਦਾ ਵੀ ਨਹੀਂ। ਸਾਰੀਆਂ ਸ਼ੋਪਾਂ ਇੱਥੇ ਐਂ ਹੌਲੀ ਹੌਲੀ ਬਣੀਆਂ ਹੋਈਆਂ ਨੇ ਹੁਣ, ਬਟ ਆਪਾਂ ਸ਼ੋਪਾਂ 'ਤੇ ਪਹਿਲਾਂ ਆਪਣਾ ਇੰਟਰਸਟ ਨਹੀਂ, ਪਹਿਲਾਂ ਆਪਾਂ ਅੰਦਰ ਜਾਣਾ, ਜੇ ਬਾਅਦ 'ਚ ਆਪਾਂ ਨੂੰ ਟਾਈਮ ਮਿਲਿਆ ਫਿਰ ਆਪਾਂ ਜ਼ਰੂਰ ਘੁੰਮਾਂਗੇ ਥੋੜ੍ਹਾ ਬਹੁਤ। ਸਭ ਪਵਨ ਜੀ ਕਹਿੰਦੇ ਹੁਣ ਤਾਂ ਕਹੋਗੇ ਹੀ, ਸਭ ਸ਼ੋਪ ਤੋਂ ਬਾਅਦ 'ਚ ਘੁੰਮੋਗੇ। ਸੋ ਜ਼ਿਲ੍ਹਿਆਂ ਵਾਲਾ ਬਾਗ ਇੱਧਰ ਇਹ ਬੰਦ ਆ, ਜ਼ਿਲ੍ਹਿਆਂ ਵਾਲਾ ਬਾਗ ਥੋੜ੍ਹਾ ਟਾਈਮ ਬੰਦ ਹੀ ਰਹੂਗਾ, ਸੋ ਬਿਕੋਜ਼ ਆਫ ਕਰੋਨਾ ਵਾਇਰਸ ਇੱਥੇ ਜ਼ਿਲ੍ਹਿਆਂ ਵਾਲਾ ਬਾਗ ਆ ਉਹ ਬੰਦ ਆ।
साउंड साउंड साडी बेयर कर लियो अज घट आऊगी मैं लगता टाइम तो हले शाम के पांच साढ़े पांच ही हुए हुए हैं बट उपर बदल आ थोड़े बहुते करके थोड़ी छां छां जी लगती है। लो जी आप पहुंच चुके हैं गुरुद्वारे इधर पहला आप जोड़े जमा कराने आपदे उत्थे आप जोड़े मगर जमा कराते हूँ आप चलते हैं अगे ਅਸੀਂ ਵੀ ਮਾਸਕ ਲਾਤੇ ਬਿਕੋਜ਼ ਇੱਥੇ ਮਾਸਕ ਪਾਉਣਾ ਅਲਾਊਡ ਨਹੀਂ ਹੈਗਾ ਬਿਨਾਂ ਮਾਸਕ ਤੋਂ ਰਹਿਣਾ ਆਪਾਂ ਹਰਿਮੰਦਰ ਸਾਹਿਬ ਅੰਦਰ ਤਾਂ ਹੀ ਜਦੋਂ ਆਪਾਂ ਘਰੇ ਟੀ ਵੀ 'ਚ ਦੇਖਦੇ ਹਾਂ ਵੀ ਆਪਾਂ ਸੋਚਦੇ ਕਿ ਮਾਸਕ ਕਿਸੇ ਦੇ ਪਾਇਆ ਨਹੀਂ ਹੋਇਆ ਇੱਥੇ ਮਾਸਕ ਪਾਉਣਾ ਅਲਾਊਡ ਨਹੀਂ ਹੈਗਾ ਆਪਾਂ ਬਿਨਾਂ ਮਾਸਕ ਤੋਂ ਰਹਿਣਾ ਵਾ ਸੋ ਹੁਣ ਅਸੀਂ ਮੱਥਾ ਟੇਕ ਲਿਆ ਇੱਥੇ ਥੋੜ੍ਹਾ ਟਾਈਮ ਬਹਿੰਦੇ ਹਾਂ ਅਤੇ ਰੱਬ ਤੋਂ ਨਾਲ ਲੈਂਦੇ ਹਾਂ ਆਹੀ ਬੇਰੀ ਥੱਲੇ ਮੇਰੇ ਮੰਮੀ ਡੈਡੀ ਦੱਸਦੇ ਹੁੰਦੇ ਆ ਕਿ ਮੈਂ ਪਹਿਲੀ ਵਾਰੀ ਤੁਰਨਾ ਸਿੱਖਿਆ ਸੀਗਾ ਹਾਲੇ ਤੱਕ ਤੁਰੀ ਜਾਂਦੇ ਹਾਂ ਅਤੇ ਬਾਬਾ ਅਸੀਂ ਤੁਰੀ ਰੱਖੇ ਅਤੇ ਆਪਾਂ ਹੁਣ ਇੱਥੇ ਵੀਡੀਓ ਨਹੀਂ ਬਣਾਉਂਦੇ ਅੰਦਰ ਬਿਕੋਜ਼ ਇੱਥੇ ਸਾਰੇ ਕਿਤੇ ਟਿਕਟੋਕ ਦੇ ਸਾਈਨ ਲੱਗੇ ਹੋਏ ਕਿ ਨੋ ਟਿਕਟੋਕ ਆਪਾਂ ਇੱਥੇ ਫੋਨ ਨਹੀਂ ਯੂਜ਼ ਕਰ ਸਕਦੇ ਸੋ ਆਪਾਂ ਹੁਣ ਤੁਹਾਨੂੰ ਗੁਰਦੁਆਰੇ ਤੋਂ ਬਾਹਰ ਜਾ ਕੇ ਹੀ ਗੱਲ ਕਰਦੇ ਹਾਂ। ਲਓ ਜੀ ਆਪਾਂ ਬਾਹਰ ਆ ਗਏ ਅਤੇ ਮੈਡਮ ਦਾ ਥੋੜ੍ਹਾ ਥੋੜ੍ਹਾ ਸ਼ੋਪਿੰਗ ਕਰਨ ਦਾ ਮੂਡ ਵੀ ਆ ਅਤੇ ਥੋੜ੍ਹਾ ਥੋੜ੍ਹਾ ਗਰਮੀ ਦਾ ਪ੍ਰਕੋਪ ਵੀ ਆ ਕੋਈ ਫੋਨ ਨਾ ਕਹੋ ਕਿ ਲੈ ਜਾ ਬਾਕੀ ਠੀਕ ਹੈ ਚਲੋ ਠੀਕ ਆ ਹੁਣ ਦੇਖਦੇ ਹਾਂ ਸ਼ੋਪਿੰਗ ਹੁੰਦੀ ਆ ਨਹੀਂ ਫਿਰ ਹੋਟਲ ਚੱਲਦੇ ਹਾਂ ਗਰਮੀ ਬਹੁਤ ਜ਼ਿਆਦਾ ਵਾ। फॉर डिनर वी आर ईटिंग आवर फेवरेट मैकडोनल्ड। सो बाहर इन्नी ज्यादा गर्मी सी ना पवन कितनी ज्यादा गर्मी सी मतलब 45 डिग्री होने वाला होया पियो गल पक्की है जिन्ना ऊपर बदल जा सीगा उन्नी ज्यादा होवा ह्यूमिडिटी है। सो हुण बस इत्थे तों खा के फिर थोड़े ना होटल रूम च जा गल्लां मारदे आं बिकॉज़ इन्नी ज्यादा गर्मी मैं टी शर्ट जमें भिजी पी है गर्मी वाले इन्नी ज्यादा गर्मी है बाकी होटल रूम चाहे गल करते हैं। बाय बाय जे तुर के आ जाते ना हम तुर के वापस होटल तक जा नहीं होना चलो हम दोबारा होटल चा के मिलते हैं। सब तो पहला काम किया आप अगे नहाना क्योंकि उत्थे आप मास्क नहीं पाया कुछ भी नहीं पाया सो सेफ्टी इज द नंबर वन प्रायोरिटी। सो हुण आपां करिए वीडियो नू एंड तुसीं की लभ रहे हो जी मैं मेन्यू लभ रही सी लभदे मेन्यू दा कुछ करदे हां हल ते होटल च अजकल आपां बाहरों आपदा खाना पीना नहीं लिया सकदे जिवें अग्गे आपां करदे सी होटल च बह के डोमिनोज ऑर्डर कर देंदे सी जां कुछ जोमैटो तों कुछ ऑर्डर करदे सीगे हुण ओह चीज़ां अलाउड नहीं हैगियां ਤੁਹਾਨੂੰ ਹੋਟਲ ਦੇ ਵਿੱਚੋਂ ਹੀ ਆਰਡਰ ਕਰਨਾ ਪੈਣਾ ਵਾ ਇਸ ਤਾਂ ਵਧੀਆ ਰਹੇਗਾ ਪਹਿਲਾਂ ਹੀ ਬਾਹਰੋਂ ਹੀ ਮੈਕਡੋਨਲਡ ਖਾਇਆ ਹੈ ਬਿਕੋਜ਼ ਸਾਡਾ ਅਸਲੀ ਮਨ ਤਾਂ ਮੈਨੂੰ ਮੈਕਡੋਨਲਡ ਦਾ ਹੀ ਸੀਗਾ ਜਾਂ ਪੀਜ਼ੇ ਦਾ। ਸੋ ਜੀ ਅੱਜ ਦੀ ਵੀਡੀਓ ਮਤਲਬ ਅੱਜ ਦਾ ਦਿਨ ਮੇਰੇ ਲਈ ਤਾਂ ਬਹੁਤ ਹੀ ਲੰਬਾ ਹੋ ਗਿਆ ਮੈਂ ਜਿਹੜੀ ਸਵੇਰੇ ਵੀਡੀਓ ਤੁਸੀਂ ਦੇਖੀ ਆ ਬਰਗਰ ਵਾਲੀ ਉਹ ਅੱਜ ਮੈਂ ਸਵੇਰੇ ਐਡਿਟ ਕੀਤੀ ਸੀ 5 ਵਜੇ ਉੱਠ ਕੇ
ਤੇ 6:30 ਵਜੇ ਨੂੰ ਮੈਂ ਅਪਲੋਡ ਕਰੀ ਸੀਗੀ। ਅੱਛਾ। ਤੇ ਉਦੋਂ ਬਾਅਦ ਚ ਅਸੀਂ ਅੰਮ੍ਰਿਤਸਰ ਨੂੰ ਆਏ, ਪਹਿਲੀ ਵੀਡੀਓ ਸ਼ੂਟ ਕੀਤੀ ਜਿਹੜੀ ਤੁਸੀਂ ਕੱਲ ਦੇਖੀ ਹੋਊਗੀ, ਮਤਲਬ ਮੰਗਲਵਾਰ ਨੂੰ, ਜਿਹੜੀ ਤੁਸੀਂ ਅੱਜ ਵੀਡੀਓ ਦੇਖਦੇ ਹੋ ਇਹ ਵੀ ਅਸੀਂ ਸੋਮਵਾਰ ਨੂੰ ਸ਼ੂਟ ਕੀਤੀ ਆ, ਇਹ ਤੁਸੀਂ ਬੁੱਧਵਾਰ ਨੂੰ ਦੇਖ ਰਹੇ ਹੋ, ਕਿੰਨਾ ਕਨਫਿਊਜ਼ਿੰਗ ਆ। ਸੋ ਇੱਕ ਦਿਨ ਦੇ ਵਿੱਚ 3 ਵੀਡੀਓਆਂ ਦਾ ਕੰਮ ਹੋ ਰਿਹਾ ਤੇ ਸਰਦਾਰਨੀ ਇੱਥੇ ਆ ਕੇ ਵੀ ਹੈ ਨਾ ਸਟਾਰ ਪਲੱਸ ਦੇਖ ਰਹੀ ਹੈ। ਵਾਹ 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 ਮੋਦੀ ਜੀ ਵਾਹ। ਚਲੋ ਜੀ ਹੁਣ ਆਪਾਂ ਕਰਦੇ ਹਾਂ ਵੀਡੀਓ ਦਾ ਐਂਡ, ਕਿਉਂਕਿ ਵੀਡੀਓ ਮੈਨੂੰ ਚਾਹੁੰਦਾ ਕਿ ਬਾਹਲੀ ਲੰਬੀ ਹੋ ਜਾਏ। ਸੋ ਤੁਸੀਂ ਬਾਕੀ ਅੰਮ੍ਰਿਤਸਰ ਇੱਥੇ ਗੁਰਦੁਆਰੇ ਮਾਸਕ ਲਾਉਣੇ ਅਲਾਊਡ ਨਹੀਂ ਹੈਗੇ, ਸੋ ਜੇ ਕੋਈ ਕਰੋਨਾ ਵਾਇਰਸ ਮਤਲਬ ਰਿਹਾ ਹੋਇਆ ਜਾਂ ਸੰਪਰਕ 'ਚ ਆਇਆ ਹੋਇਆ ਉਹ ਪਲੀਜ਼ ਨਾ ਹੀ ਆਇਓ ਹਲੇ ਹਰਿਮੰਦਰ ਸਾਹਿਬ, ਬਿਕੋਜ਼ ਤੁਹਾਡੇ ਤੋਂ ਹੋਰਾਂ ਨੂੰ ਹੋ ਸਕਦਾ ਵਾ। ਸੋ ਪਲੀਜ਼ ਉਹਨਾਂ ਗੱਲਾਂ ਦਾ ਧਿਆਨ ਰੱਖਿਓ, ਕਿਉਂਕਿ ਇੱਥੇ ਅਲਾਊਡ ਨਹੀਂ ਹੈਗਾ ਮਾਸਕ ਪਾਉਣਾ। ਸੋ ਬੀ ਕੇਅਰਫੁਲ। ਅਸੀਂ ਸੋਚ ਰਹੇ ਸੀ ਵੀ ਅਸੀਂ ਬਾਲੇ ਸਿਆਣੇ ਆ, ਅਸੀਂ ਜਦੋਂ ਪਹਿਲਾਂ ਨਾ ਸਾਨੂੰ ਬਾਹਰ ਰੋਕਿਆ ਨਹੀਂ, ਅਸੀਂ ਅੰਦਰ ਸੋਚੀ ਆਈ, ਮੈਂ ਕਿਹਾ ਪਵਨ ਆਪਣੇ ਦੋਨਾਂ ਦੀ ਲੱਗਿਆ ਹੋਰ ਕਿਸੇ ਦੇ ਲੱਗਿਆ ਹੀ ਨਹੀਂ, ਵੀ ਡਰਦੇ ਨਹੀਂ ਹੈਗੇ ਕੀ ਚੱਕਰ ਆ। ਬਾਅਦ 'ਚ ਇੱਕ ਬਾਬਾ ਜੀ ਕਹਿੰਦੇ ਕਾਕਾ ਮਾਸਕ ਲਾਓ ਪਹਿਲਾਂ, ਮਾਸਕ ਲਾਓ ਪਹਿਲਾਂ। ਮੈਂ ਕਿਹਾ ਠੀਕ ਹੈ ਬਾਬਾ ਜੀ, ਆਪਾਂ ਹੁਣ ਕੀ ਆਪਾਂ ਜਿਵੇਂ ਹੁਣ ਜਿਹੜਾ ਰੂਲ ਜਿਵੇਂ ਠੀਕ ਆ ਆਪਾਂ ਤਾਂ ਉਵੇਂ ਫੋਲੋ ਕਰ ਸਕਦੇ ਹਾਂ। ਚਲੋ ਜੀ ਹੁਣ ਮੈਂ ਤੁਹਾਨੂੰ ਕਿਸੇ ਅਗਲੀ ਵੀਡੀਓ 'ਚ, ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਪਲੀਜ਼ ਸਾਰੇ ਜਣੇ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਕਿਉਂਕਿ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਨੂੰ ਬਣਾਉਣ ਨੂੰ। ਸੋ ਫਾਈਨਲੀ ਬਾਏ ਬਾਏ। ਅੱਛਾ ਇਹਨਾਂ ਦੀ ਵੱਧ ਮਿਹਨਤ ਲੱਗਦੀ ਆ। ਚਲੋ ਜੀ ਠੀਕ ਆ, ਸਤਿ ਸ਼੍ਰੀ ਅਕਾਲ, ਬਾਏ ਬਾਏ।